ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਯੋਗੇਸ਼ ਗੁਰਨਾ। ਸੋ ਦੋਸਤੋ, ਨੋਰਮਲੀ ਆਪਾਂ ਕੀ ਦੇਖਦੇ ਹਾਂ ਕਿ ਜਿਹੜੀਆਂ ਗਾਉਣ ਵਾਲੀਆਂ ਜੋੜੀਆਂ ਹੁੰਦੀਆਂ ਨੇ, ਜਾਂ ਤਾਂ ਇੱਕ ਮੇਲ ਫੀਮੇਲ ਦੀ ਹੁੰਦੀ ਆ, ਜਾਂ ਦੋ ਫੀਮੇਲਸ ਦੀ ਹੁੰਦੀ ਆ, ਜਾਂ ਕਹਿ ਲਓ ਕਿ ਦੋ ਮੇਲਸ ਦੀ ਹੁੰਦੀ ਆ। ਪਰ ਮੇਰੇ ਨਾਲ ਅੱਜ ਕਹਿ ਲਓ ਕਿ ਤਿਕੜੀ ਖੜੀ ਆ ਜੀ ਗਾਉਣ ਵਾਲਿਆਂ ਦੀ। ਮੇਰੇ ਨਾਲ ਨੇ ਅਲੀ ਬ੍ਰਦਰਸ, ਤੁਸੀਂ ਸਾਰੇ ਜਾਣਦੇ ਹੀ ਹੋ ਜੀ। ਸੋ ਤਿੰਨ ਭਰਾ ਜਿਹੜੇ ਕਿ ਇੰਡਸਟਰੀ ਦੇ ਵਿੱਚ ਗਾਉਂਦੇ ਨੇ, ਅਤੇ ਕਿਆ ਗਾਉਂਦੇ ਨੇ, ਕਿਆ ਬਾਤ ਹੈ ਜਨਾਬ। ਆਪਾਂ ਇਹਨਾਂ ਦਾ ਲੇਟੈਸਟ ਗਾਣਾ ਇੱਕ ਬਹੁਤ ਵੱਡੀ ਮੂਵੀ ਦੇ ਵਿੱਚ ਸੁਣ ਚੁੱਕੇ ਹਾਂ, ਲਿਖੀਆਂ ਲੇਖਦੀਆਂ। ਅਤੇ ਖੁਸ਼ੀ ਦੀ ਗੱਲ ਇਹ ਆ ਕਿ ਉਸ ਗਾਣੇ ਨੂੰ ਇੱਕ ਵਾਰ ਫਿਰ ਤੋਂ ਨਵੇਂ ਅੰਦਾਜ਼ ਦੇ ਵਿੱਚ ਕਹਿ ਲਓ ਕਿ ਸ਼ੂਟ ਕੀਤਾ ਜਾ ਰਿਹਾ ਜੀ। ਅਤੇ ਔਨ ਲੋਕੇਸ਼ਨ ਆਪਾਂ ਮੌਜੂਦ ਆ ਜੀ, ਅਤੇ ਅਲੀ ਬ੍ਰਦਰਸ ਮੇਰੇ ਨਾਲ ਨੇ ਜੀ। ਅਤੇ ਆਓ ਗੱਲਾਂ ਕਰਦੇ ਹਾਂ ਕਿ ਇਹ ਤਿੰਨਾਂ ਭਰਾਵਾਂ ਦੀ ਜੋੜੀ ਆਖਰ ਬਣ ਕਿੱਦਾਂ ਗਈ। ਸਤਿ ਸ਼੍ਰੀ ਅਕਾਲ ਭਾਅ ਜੀ, ਸਵਾਗਤ ਹੈ। ਸਭ ਤੋਂ ਪਹਿਲਾਂ ਆਪਣੇ ਆਪਣੇ ਨਾਂ ਦੱਸ ਦਿਓ ਜੀ। ਮੇਰਾ ਨਾਮ ਹੈ ਜੀ ਪਰਵੇਜ਼ ਹੁਸੈਨ ਜੀ। ਪਰਵੇਜ਼ ਬਬਲੂ ਜੀ ਜੀ। ਸ਼ਾਹਰੁਖ ਅਲੀ ਜੀ ਜੀ। ਕਿਆ ਬਾਤ ਹੈ ਸ਼ਾਹਰੁਖ ਅਲੀ, ਕਿਆ ਬਾਤ ਹੈ ਵੀਰੇ, ਬੜਾ ਸੋਹਣਾ ਨਾਂ ਹੈ। ਸੋ ਵੀਰੇ, ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਤਿੰਨ ਭਰਾਵਾਂ ਦੀ ਜੋੜੀ ਆਖਰ ਬਣ ਕਿੱਦਾਂ ਗਈ। ਸਭ ਤੋਂ ਪਹਿਲਾਂ ਜੀ, ਪੰਜਾਬੀ ਸਟੇਸ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਡੇ ਤਿੰਨਾਂ ਭਰਾਵਾਂ ਵੱਲੋਂ, ਯਾਨੀ ਕਿ ਅਲੀ ਬ੍ਰਦਰਸ ਵੱਲੋਂ ਅਸਲਾਮ ਅਲੈਕਮ, ਆਦਾਬ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਜੋੜੀ ਦਾ ਜੀ, ਵੈਸੇ ਤਾਂ ਕਹਿੰਦੇ ਹੁੰਦੇ ਨੇ ਵੀ ਜੋ ਕਰਦੇ ਨੇ ਅੱਲਾ ਹੀ ਕਰਦੇ ਨੇ, ਹੈ ਨਾ ਜੀ। ਸੋ ਅੱਲਾ ਦੇ ਕਰਮ ਨਵਾਜ਼ੀ ਨਾਲ ਵੀ ਇਹ ਜੋੜੀ ਬਣੀ ਹੈ। ਅਤੇ ਬਾਕੀ ਅਸੀਂ ਸਾਡੇ ਘਰ 'ਚ ਹੀ ਮਾਹੌਲ ਸੰਗੀਤ ਦਾ, ਹੈ ਨਾ, ਸਾਡਾ ਪਟਿਆਲਾ ਘਰਾਣਾ, ਸਾਡੇ ਮੇਰੇ ਦਾਦੂ ਸਾਧੂ ਖਾਨ ਜੀ, ਮੇਰੇ ਚਾਚੂ ਲਵਜੀਤ ਜੀ, ਉਹਨਾਂ ਦਾ ਵੀ ਬਹੁਤ ਅੱਛਾ ਨਾਮ ਹੈ ਪੰਜਾਬੀ ਇੰਡਸਟਰੀ ਵਿੱਚ, ਹੈ ਨਾ, ਲਵਜੀਤ ਜੀ। ਉਹਨਾਂ ਨੂੰ ਦੇਖ ਦੇਖ ਕੇ ਸਾਨੂੰ ਵੀ ਮਾਸ਼ਾ ਅਲੀ, ਸਾਡੇ ਚਾਚੂ ਜੀ ਨੇ, ਹੈ ਨਾ, ਵੀ ਸਾਡਾ ਪਰਿਵਾਰ ਸਾਰਾ ਇਸ ਸੰਗੀਤ ਦੇ ਮਾਹੌਲ 'ਚ, ਹੈ ਨਾ, ਅਤੇ ਉਹਨਾਂ ਨੂੰ ਦੇਖ ਦੇਖ ਕੇ ਸਾਨੂੰ ਵੀ ਸ਼ੌਂਕ ਸੀਗਾ ਵੀ ਅਸੀਂ ਵੀ ਗਾਈਏ, ਹੈ ਨਾ। ਅਤੇ ਇੱਕ ਵਾਰ ਅਸੀਂ ਸਾਡੇ ਘਰ ਫੰਕਸ਼ਨ ਸੀਗਾ, ਅਤੇ ਅਸੀਂ ਗਾਉਣ ਲੱਗ ਗਏ, ਸਾਨੂੰ ਦੋਨਾਂ ਨੂੰ ਲਾਇਆ, ਅਤੇ ਇਹ ਵੀ ਨਾਲ ਗਾਉਣ ਲੱਗ ਗਿਆ। ਜਦੋਂ ਸਾਨੂੰ ਤਿੰਨਾਂ ਨੂੰ ਸੁਣਿਆ ਤਾਂ ਉਹਨਾਂ ਨੇ ਬਹੁਤ ਸਲਾਹਿਆ ਸਾਨੂੰ ਵੀ ਤੁਸੀਂ ਬਹੁਤ ਅੱਛਾ ਗਾ ਰਹੇ ਹੋ। ਅਤੇ ਉਹ ਤੋਂ ਬਾਅਦ ਅਸੀਂ ਆਡੀਸ਼ਨ ਦਿੱਤਾ ਸੀ ਸੋਨੀ TV 'ਤੇ ਜੀ, ਅਤੇ ਉਹ ਅਸੀਂ ਪਾਸ ਆਊਟ ਕੀਤਾ, ਅਤੇ ਉਹ ਤੋਂ ਬਾਅਦ ਹੁਣ ਤੁਹਾਡੇ ਸਾਹਮਣੇ ਆ, ਬਹੁਤ ਪਿਆਰ ਕਰਦੇ, ਪ੍ਰੋਫੈਸ਼ਨਲੀ ਕਰੀਅਰ ਸ਼ੁਰੂ ਹੋ ਗਿਆ। ਸੋ ਦੋਸਤੋ, ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਦੋ ਸਗੇ ਬ੍ਰਦਰ ਅਤੇ ਇੱਕ ਮਾਮਾ ਜੀ ਦਾ ਬੇਟਾ, ਯਾਨੀ ਕਿ ਇਹ ਵੀਰੇ ਨੇ ਜਿਹੜੇ ਮੇਰੇ ਸਭ ਤੋਂ ਐਂਡ 'ਤੇ ਖੜੇ ਨੇ, ਉਹ ਮਾਮਾ ਜੀ ਦੇ ਬੇਟੇ ਨੇ, ਪਰ ਤਿੰਨਾਂ ਬ੍ਰਦਰਾਂ ਦੀ ਜੋੜੀ ਕਹਿ ਲਓ ਕਿ ਇੰਡਸਟਰੀ ਦੇ ਵਿੱਚ ਕਮਾਲ ਕਰ ਰਹੀ ਆ। ਸੋ ਆਪਾਂ ਇਸ ਤੋਂ ਪਹਿਲਾਂ ਹੋਰ ਗੱਲਾਂ ਕਰੀਏ, ਮੈਨੂੰ ਤੁਸੀਂ ਤਿੰਨੇ ਨਾ ਹੁਣ ਇੱਕ ਘੈਂਟ ਜਿਹਾ ਗਾਣਾ ਸੁਣਾ ਦਿਓ, ਤਾਂ ਕਿ ਸਾਡੇ ਸਰੋਤਿਆਂ ਨੂੰ ਵੀ ਪਤਾ ਚੱਲੇ ਕਿ ਅਲੀ ਬ੍ਰਦਰਸ ਦੀ ਇੰਟਰਵਿਊ ਚੱਲ ਰਹੀ ਹੈ ਜੀ। ਜੀ ਬਿਲਕੁਲ ਬਿਲਕੁਲ, ਕੁਛ ਵੀ ਜੋ ਤੁਹਾਨੂੰ ਵਧੀਆ ਲੱਗੇ ਤੁਸੀਂ ਸੁਣਾਉਣਾ ਚਾਹੋ। ਮੈਂ ਉਹੀ ਟਰੈਕ ਜਿਹੜਾ ਅੱਜ ਅਸੀਂ ਸ਼ੂਟ ਕਰ ਰਹੇ ਹਾਂ, ਮੈਂ ਉਹ ਸੁਣਾਉਣਾ ਤਾਂ ਉਹ ਸ਼ੂਟ, ਉਹ ਜਦੋਂ ਅਸੀਂ ਉਹ ਗਾਣਾ ਕੀਤਾ, ਤਜਿੰਦਰ ਭਾਅ ਜੀ ਦਾ ਲਿਖਿਆ ਹੋਇਆ, ਤੇਜਿੰਦਰ ਭਾਅ ਜੀ ਆਪਣੇ ਬਹੁਤ ਹੀ ਸੋਹਣਾ ਲਿਖਦੇ ਨੇ, ਹੈ ਨਾ, ਅਤੇ ਡੀਜੇ ਨਿੰਦਰ ਵੀਰੇ ਦਾ ਮਿਊਜ਼ਿਕ ਹੈ ਉਹਦੇ ਵਿੱਚ, ਅਤੇ ਉਹ ਗਾਣਾ ਅਸੀਂ ਇੱਕ ਦਿਲ ਨਾਲ ਗਾਣਾ ਬਣਾਇਆ ਹੋਇਆ, ਹੈ ਨਾ, ਅਤੇ ਉਸ ਹਿਸਾਬ ਨਾਲ ਦਿਲ ਨਾਲ ਪਹੁੰਚਿਆ ਨਹੀਂ ਤੁਹਾਡੇ ਤਾਈਂ, ਅਸੀਂ ਤਾਂ ਕਰਕੇ ਅਸੀਂ ਦੁਬਾਰਾ, ਹੈ ਨਾ, ਰੀਨਿਊ ਕਰਕੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਉਹ ਸੁਣਾਉਣਾ। ਹੋ ਰੱਖ ਡੋਰੀਆਂ ਸੱਚੇ ਰੱਬ ਤੇ, ਬੱਲੇ ਬੱਲੇ ਹੋ ਜੂ ਜਗ ਤੇ, ਦੰਗ ਦੰਗ ਦਣ ਉਹ ਰੱਖ ਡੋਰੀਆਂ ਸੱਚੇ ਰੱਬ ਤੇ, ਬੱਲੇ ਬੱਲੇ ਹੋ ਜੂ ਜਗ ਤੇ, ਦੁਨੀਆ ਕਰੂ ਸਲਾਮਾਂ ਜਿਸ ਦਿਨ ਝੰਡੇ ਗੱਡ ਤੇ, ਸਾਰੀ ਦੁਨੀਆ ਕਰੂ ਸਲਾਮਾਂ ਜਿਸ ਦਿਨ ਝੰਡੇ ਗੱਡ ਤੇ, ਉਹ ਮਿੱਟੀਓ ਸੋਹਣਾ ਬਣਦਾ ਬੰਦਾ ਧੋਖੇ ਧੱਕੇ ਖਾ ਕੇ, ਮਿੱਟੀਓ ਸੋਹਣਾ ਬਣਦਾ ਬੰਦਾ ਧੋਖੇ ਧੱਕੇ ਖਾ ਕੇ, ਭੋਗ ਦਿਲਾ ਚਿੱਤ ਲਾ ਕੇ। ਬਿਲਕੁਲ ਸੱਚੀ ਗੱਲ ਆ ਜੀ, ਅਤੇ ਇਹ ਲਿਖਦੀਆਂ ਲਿਖੀਆਂ ਚਿੱਤ ਲਾ ਕੇ ਭੋਗਣੀਆਂ ਪੈਂਦੀਆਂ ਨੇ। ਅੱਛਾ ਵੀਰੇ, ਇੱਕ ਗੱਲ ਦੱਸੋ, ਤੁਹਾਡੇ ਤਿੰਨਾਂ ਦੀ ਜੋੜੀ ਬਣ ਗਈ, ਤੁਸੀਂ ਪਹਿਲਾਂ ਹੀ ਸੋਚਿਆ ਸੀ ਜਦੋਂ ਤੁਸੀਂ ਮੰਨ ਲਓ ਕਹਿ ਲਓ ਕਿ ਬਹੁਤ ਛੋਟੇ ਲਾ ਲਓ, ਜਦੋਂ ਤੁਸੀਂ ਪਹਿਲਾਂ ਹੀ ਸੋਚ ਲਿਆ ਸੀ ਕਿ ਯਾਰ ਮੈਂ ਜਿੱਦਾਂ ਸਿੰਗਰ ਹੀ ਬਣਨਾ, ਜਾਂ ਫਿਰ ਇੱਕ ਦੂਜੇ ਦੇ ਮਾਹੌਲ 'ਚ ਢਲ ਕੇ ਲੱਗਿਆ ਕਿ ਯਾਰ ਹੁਣ ਆਪਾਂ ਤਿੰਨੇ ਜੁੜਤਾ ਗਿਆ ਹੁਣ ਸਿੰਗਰ ਬਣ ਜਾਂਦੇ ਹਾਂ? ਨਹੀਂ ਨਹੀਂ ਨਹੀਂ, ਦੇਖੋ ਜੀ, ਕਿਸੇ ਦਾ ਟਾਈਮ ਹੀ ਨਹੀਂ ਦਿੱਤਾ ਜਦੋਂ ਇਕੱਠਿਆਂ ਨੂੰ ਬਾਤਾਂ ਸਰ ਤਿੰਨਾਂ ਨੂੰ, ਅਤੇ ਉਸ ਤੋਂ ਬਾਅਦ ਅੱਗੇ ਅੱਗੇ ਚੱਲਦਾ ਗਿਆ ਜੀ। ਅੱਛਾ, ਹੁਣ ਪਹਿਲਾਂ ਕਦੇ ਇਕੱਲੇ ਤੌਰ 'ਤੇ ਖਿਆਲ ਆਇਆ ਕਿ ਯਾਰ ਮੈਂ ਇਕੱਲੇ ਨੇ ਸਿੰਗਰ ਬਣਨਾ? ਨਹੀਂ ਨਹੀਂ ਜੀ, ਪਹਿਲਾਂ ਬੱਚੇ ਸੀਗੇ, ਇੱਦਾਂ ਦਾ ਕੁਛ ਆਈ ਨਹੀਂ ਸੀਗਾ ਕੁਛ, ਉਦਾਂ ਵੈਸੇ ਮਾਹੌਲ ਹੀ ਜਦੋਂ ਉਹ ਹੀ ਹੁੰਦਾ ਨਾ ਵੀ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਦਲ ਲੈਂਦਾ ਨਾ, ਜਦੋਂ ਸਾਡੇ ਮਾਹੌਲ ਹੀ ਸ਼ੁਰੂ ਤੋਂ ਸੰਗੀਤ ਦਾ ਮਾਹੌਲ ਰਿਹਾ, ਮਸਾਲਾ ਆਪਣੀਆਂ ਤਿੰਨਾਂ ਕਿ ਸਾਰਿਆਂ ਦੇ ਮੂੰਹ 'ਚੋਂ ਨਿਕਲਿਆ ਵੀ ਤਿੰਨਾਂ ਨੂੰ ਬਿਠਾਓ ਇਕੱਠਿਆਂ ਨੂੰ, ਬਸ ਐਸੀ ਕਿਰਪਾ ਹੋ ਗਈ। ਅੱਛਾ, ਤੁਸੀਂ ਬਹੁਤ ਘੱਟ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਥੋੜ੍ਹੇ ਸੰਗਦੇ ਨੇ। ਅੱਛਾ, ਮੈਨੂੰ ਇਹ ਦੱਸੋ, ਤੁਸੀਂ ਵੈਸੇ ਹੁਣ ਪੜ੍ਹਦੇ ਕਿਹੜੀ ਕਲਾਸ 'ਚੋਂ? ਮੈਂ ਭਾਅ ਜੀ ਪਲੱਸ 1 ਕਰ ਰਿਹਾ ਹਾਂ। ਪਲੱਸ 1 ਕਰ ਰਹੇ ਹੋ? ਸੋ ਅੱਗੇ ਹੁਣ ਸਟੱਡੀ ਦੇ ਵਿੱਚ ਕੀ ਇਰਾਦੇ ਨੇ, ਮਿਊਜ਼ਿਕ ਦੀ ਸਟੱਡੀ ਦੇ ਵਿੱਚ ਜਾਣਾ ਜਾਂ ਕੀ ਕਰਨਾ? ਹਾਂਜੀ ਭਾਅ ਜੀ, ਮਿਊਜ਼ਿਕ ਦੀ ਸਟੱਡੀ ਤਾਂ ਜ਼ਰੂਰੀ ਕਰਾਂਗੇ, ਅਤੇ ਬਾਕੀ ਹਾਂ ਸਟੱਡੀ ਤਾਂ ਜ਼ਰੂਰੀ ਹੈ ਭਾਅ ਜੀ। ਵੈਸੇ ਤਾਂ ਆਲਰੇਡੀ ਇਹਨਾਂ ਦੇ ਘਰ ਨੂੰ ਆਪਾਂ ਯੂਨੀਵਰਸਿਟੀ ਪਟਿਆਲਾ ਘਰਾਣਾ ਇੱਕ ਤਰ੍ਹਾਂ ਦੀ ਮਿਊਜ਼ਿਕ ਯੂਨੀਵਰਸਿਟੀ ਕਹਿ ਸਕਦੇ ਹਾਂ ਜੀ, ਪਰ ਫਿਰ ਵੀ ਚਲੋ ਆਫੀਸ਼ੀਅਲੀ ਤੌਰ 'ਤੇ ਕੁਝ ਸਿੱਖਣਾ ਕੁਝ ਨਵਾਂ, ਕਿਉਂਕਿ ਨਵੀਆਂ ਚੀਜ਼ਾਂ ਪੜ੍ਹਦੇ ਤਾਂ ਕੁਝ ਨਵਾਂ ਸਿੱਖਣ ਨੂੰ ਮਿਲਦਾ। ਸੋ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰ ਲਈਏ ਹੁਣ ਤੁਹਾਡਾ ਇਹ ਗਾਣਾ ਲਿਖੀਆਂ ਲਿਖਦੀਆਂ, ਕਿਸ ਤਰ੍ਹਾਂ ਦੇ ਗਾਣੇ ਤੁਹਾਡੇ ਹੋਰ ਨੈਕਸਟ?
ਤੁਸੀਂ ਕਰਨਾ ਚਾਹੋਗੇ ਜਾਂ ਆ ਰਹੇ ਨੇ ਜਾਂ ਕੋਈ ਪਲੈਨਿੰਗ ਦੇ ਵਿੱਚ ਚੱਲ ਰਹੇ ਨੇ? ਪਲੈਨਿੰਗ ਜੀ ਸੂਨ ਨੇ ਸਾਰੇ ਗਾਣੇ ਕਾਫੀ ਗਾਣੇ ਬਣਾ ਚੱਲਿਆ, ਜਿੱਦਾਂ ਕਿ ਵਰਸਟਾਈਲ ਵੀ ਨੇ ਅਤੇ ਇੱਕ ਸੂਫੀ ਐਲਬਮ ਉਹ ਵੀ ਪੂਰੀ ਰੈਡੀ ਹੈ, ਬਸ ਉਹ ਵੀ ਜਲਦੀ ਜਲਦੀ ਤੁਹਾਡੇ ਰੂਬਰੂ ਕਰਨ ਦੇ ਹਾਂ। ਅੱਛਾ, ਜਿਸ ਤਰ੍ਹਾਂ ਦੀ ਤੁਹਾਡੇ ਗਾਇਕੀ ਦਾ ਸਟਾਈਲ ਆ, ਤੁਸੀਂ ਸੂਫੀ ਐਲਬਮ ਦੀ ਗੱਲ ਕੀਤੀ ਆ, ਅੱਜ ਕੱਲ੍ਹ ਤੁਹਾਨੂੰ ਪਤਾ ਟ੍ਰੈਂਡ ਕੀ ਚੱਲ ਰਿਹਾ ਹੈ ਨਾ, ਚੱਕ ਲਓ ਧਰ ਲਓ ਗੋਲੀਆਂ ਜੇ ਵੋ ਡੱਬ 'ਚ ਗਲੋਕ ਜੇ ਵੋ, ਅਗਰ ਇੱਦਾਂ ਦੇ ਗਾਣੇ ਕਈ ਵਾਰ ਮੰਨ ਲਓ ਆਫਰ ਹੁੰਦੇ ਨੇ ਜਾਂ ਤੁਹਾਨੂੰ ਕਹਿੰਦਾ ਕਿ ਯਾਰ ਤੁਸੀਂ ਇੱਦਾਂ ਦੇ ਗਾਣੇ ਗਾਓ ਜਾਂ ਤੁਹਾਡੇ ਮਨ 'ਚ ਕਦੇ ਖਿਆਲ ਆਵੇ ਤਾਂ ਕੀ ਕਹੋਗੇ? ਨਹੀਂ ਨਹੀਂ, ਅਸੀਂ ਗਾਣੇ ਕਰਦੇ ਨਹੀਂ ਭਾਜੀ, ਕਿਉਂਕਿ ਜਿਹੜੇ ਅਸੀਂ ਗਾਣੇ ਕਰਨੇ ਆ ਉਹ ਸਾਰਿਆਂ ਨੇ ਸੁਣਨੇ ਆ, ਹੈ ਨਾ ਜੀ, ਅਤੇ ਇਹ ਇਹਨਾਂ ਦੀ ਲਾਈਫ ਬਹੁਤ ਘੱਟ ਹੁੰਦੀ ਹੈ, ਹੈ ਨਾ, ਜੋ ਬੰਬ ਦੁੱਖਾਂ ਵਾਲੇ ਗਾਣੇ ਇਹਨਾਂ ਦੀ ਲਾਈਫ ਬਹੁਤ ਘੱਟ ਹੈ। ਅਸੀਂ ਤਾਂ ਇਹ ਸੋਚਦੇ ਹਾਂ ਜਦੋਂ ਅਸੀਂ ਬਜ਼ੁਰਗ ਵੀ ਹੋ ਜਾਣਾ ਸਾਨੂੰ ਲੋਕਾਂ ਨੇ ਤਾਂ ਉਦੋਂ ਵੀ ਸੁਣਨਾ। ਕਿਆ ਬਾਤ ਹੈ ਜੀ, ਇਹਨਾਂ ਨੇ 4-4 ਸਾਲ ਤਿੰਨ ਦੋ ਦੋ ਸਾਲ ਵਾਲਾ ਕੰਮ ਹੈ ਨਾ ਜੀ। ਬਿਲਕੁਲ, ਬੜੀ ਸੋਹਣੀ ਵੀਰ ਨੇ ਗੱਲ ਕਹੀ ਜੀ ਕਿ ਉਹ ਗਾਣੇ ਗਾਉਣੇ ਆ ਜਦੋਂ ਬਜ਼ੁਰਗ ਵੀ ਹੋ ਜਾਈਏ ਜਾਂ ਸਾਡੀ ਵੀ ਜਨਰੇਸ਼ਨ ਜਦੋਂ ਬਜ਼ੁਰਗ ਹੋ ਜੂ ਤਾਂ ਵੀ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨੋਰਮਲੀ ਕਿ 60 ਦਾ ਗਾਣਾ 70 'ਚ ਬਣਿਆ ਹੋਇਆ ਗਾਣਾ ਅੱਜ ਵੀ ਸੁਣ ਲਈਏ ਇੱਦਾਂ ਲੱਗਦਾ ਕਿ 2-4 ਦਿਨ ਪਹਿਲਾਂ ਹੀ ਇਹ ਗਾਣਾ ਆਇਆ। ਬਾਕੀ ਚਲੋ ਖੈਰ, ਸਾਡੇ ਵੱਲੋਂ ਤਿੰਨਾਂ ਬ੍ਰਦਰਸ ਨੂੰ ਆਲ ਦਾ ਬੈਸਟ। ਸੋ ਅੱਜ ਇਹਨਾਂ ਦਾ ਸ਼ੂਟ ਹੈ ਜੀ, ਲੇਖੀਆਂ ਲੇਖਦੀਆਂ ਗਾਣਾ ਰੀਸ਼ੂਟ ਹੋ ਰਿਹਾ ਜੀ, ਸੋ ਆਲ ਦਾ ਬੈਸਟ, ਬੜੀ ਜਲਦੀ ਇਹ ਗਾਣਾ, ਇਹਦੇ ਗਾਣੇ ਬਾਰੇ ਦੱਸ ਦਿਓ ਕਿ ਕਿਸ ਪੇਜ 'ਤੇ ਆ ਰਿਹਾ ਅਤੇ ਕਦੋਂ ਤੱਕ ਇਹ ਗਾਣਾ ਆ ਸਕਦਾ? ਇਹ ਲੋਕਧਨ ਦੇ ਪੇਜ 'ਤੇ ਆ ਰਿਹਾ ਜੀ ਯੂਟਿਊਬ 'ਤੇ, ਅਤੇ ਬਹੁਤ ਹੀ ਸੋਹਣਾ ਗਾਣਾ, ਮੈਨੂੰ ਉਮੀਦ ਹੈ ਵੀ ਬਹੁਤ ਪਸੰਦ ਆਏਗਾ, ਮੋਟੀਵੇਸ਼ਨ ਗਾਣਾ ਜੀ, ਅਤੇ ਹੁਣ ਮੋਟੀਵੇਸ਼ਨ ਦੀ ਲੋੜ ਵੀ ਹੈ ਨਾ ਜਿਮ ਜਿਮ ਤੇ। ਨਹੀਂ ਪਰ ਖੈਰ ਚਲੋ, ਪਤਾ ਲੱਗਦਾ ਵੀ ਪਟਿਆਲਾ ਘਰਾਣਾ ਖਾਂਦੇ ਪੀਂਦੇ ਘਰ ਦੇ ਸਿੰਗਰ ਨੇ। ਨਹੀਂ ਅੱਜ ਕੱਲ੍ਹ ਸਿੰਗਰਾਂ ਨੂੰ ਵੀ ਇੱਦਾਂ ਥੋੜ੍ਹਾ ਜਿਹਾ ਬਾਈ ਦੇਖੀ ਐਬਸ ਨਿਕਲੇ, ਸਿੰਗਰ ਖਾਂਦੇ ਪੀਂਦੇ ਵਧੀਆ ਲੱਗਦੇ ਨੇ। ਬਾਈ ਗੱਲ ਹੋਰ ਵੀ ਆ ਜੀ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ, ਖੈਰ ਚਲੋ ਮੈਂ ਕਹਿ ਦੇਣਾ ਕਿ 90% ਸਿੰਗਰ ਤਾਂ ਕਹਿ ਲਓ ਕਿ ਸਟੂਡੀਓ 'ਚ ਜਾ ਕੇ ਹੀ ਗਾਉਂਦੇ ਨੇ, ਜੇ ਹਿੱਕ ਦੇ ਜ਼ੋਰ 'ਤੇ ਗਾਉਣਾ ਤਾਂ ਐਡੇ ਕੁ ਸਰੀਰ ਤਾਂ ਫਿਰ ਚਾਹੀਦੇ ਨੇ, ਤਾਂ ਹੀ ਗਲੇ 'ਚੋਂ ਆਵਾਜ਼ ਆਉਂਦੀ ਆ ਜੀ। ਸੋ ਖੈਰ, ਲੋਕਧੁਨ ਦੇ ਯੂਟਿਊਬ ਪੇਜ 'ਤੇ ਇਹ ਗਾਣਾ ਰੀਸ਼ੂਟ ਹੋ ਕੇ ਆ ਰਿਹਾ ਜੀ, ਬੜੀ ਜਲਦੀ ਲਿਖੀਆਂ ਲਿਖਦੀਆਂ। ਸੋ ਤੇਜਿੰਦਰ ਕਿਸ਼ਨਗੜ੍ਹ ਬਾਈ ਨੇ ਇਹ ਗਾਣਾ ਲਿਖਿਆ ਹੋਇਆ ਜੀ, ਸੋ ਬਾਈ ਬਾਰੇ ਤੁਸੀਂ ਸਾਰੇ ਜਾਣਦੇ ਹੋ ਜੀ, ਬੜੀ ਜਲਦੀ ਉਹਨਾਂ ਦੀ ਇੱਕ ਸਪੈਸ਼ਲ ਇੰਟਰਵਿਊ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਜੀ। ਸੋ ਖੈਰ, ਸਾਡੀ ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨੇ ਜੀ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।